गुड मॉर्निंग डियर स्टूडेंट्स एंड वेलकम टू द इंग्लिश क्लास। सो स्टूडेंट्स, वी वर डूइंग लेसन नंबर 3 फ्रॉम योर बिहाई बुक। द नेम ऑफ द चैप्टर इज द लिटल गर्ल, रिटन बाय कैथरीन मैंसफील्ड। सो इन आवर प्रीवियस लेक्चर वी हैव रेड दैट द लिटल गर्ल केजिया इज वेरी मच अफ्रेड ऑफ हर फादर बिकॉज हर फादर इज वेरी स्ट्रिक्ट। He beat Kezia with a ruler because she tore her father's speech into pieces unknowingly. So, today we will read the chapter further. The McDonalds lived next door. They had 5 children. Looking through a gap in the fence, the little girl saw them playing tag in the evening. So, इस पैराग्राफ के हुन राइटर ने डिस्क्रिप्शन दिती आ केजिया दे नेबर्स दी। केजिया दे नेबर्स दे विच नेबर्स की हुंदे पता है ना, गुआंडी। सो उन्हां दे नेबर्स दे विच एक फैमिली रहिंदी आ ते उत्थे ओ फैमिली की आ मैकडोनल्ड। मैकडोनल्ड्स की आ उन्हां दा सरनेम आ। सरनेम हुंदे ना जिदा शर्मा हो गए, सिद्धू हो गए, ये सारे जो हुंदे ने सरनेम हुंदे। सो मैकडोनल्ड्स उन्हां दा सरनेम आ। उन्हां दा घर केजिया दे घर दे नाल आ। ते हुण मैकडोनल्ड्स दे जिहड़े आ 5 चिल्ड्रन आ उन्हां दे, ते केजिया उन्हां नूं की करदी आ, एक फैंस। फैंस की हुंदा, एक बाउंड्री हुंदी घर दे आले दुआले, जिदा तुसीं इस पिक्चर दे विच देख सकदे हो, एक घर दे आले दुआले बाउंड्री बनी आ। और केजिया की करदी सी, उस फैंस दे जिहदे विच जिहड़ा गैप हुंदा उहदे थ्रू की देखदी सी, मैकडोनल्ड्स दे घर दे विच देखदी सी। ते उत्थे की हुण देखदी सी उन्हां दे घर दे विच, The father with the baby Mayo on his shoulders, 2 little girls hanging on to his coat pockets, ran round and round the flower beds, shaking with laughter. Hun Kezia jadon dekhdi aa fence de gap de vichon, jehda father hunda McDonald's, oh apne chote baby Mayo, ohde baby da naam aa, ohnu apne shoulders de utte bithaya hunda ohne, te jehdiyan 2 little girls hundiyan McDonald's diyan, ਉਹ ਕੀ ਕਰਦੀਆਂ ਹੁੰਦੀਆਂ, ਅਤੇ ਜਿਹੜਾ ਕੋਟ ਉਹਨੇ ਪਾਇਆ ਹੁੰਦਾ ਉਹਦੇ ਪੋਕਿਟਸ ਨੂੰ ਫੜ ਕੇ ਇੱਧਰ ਉੱਧਰ ਰਾਊਂਡ ਰਾਊਂਡ ਘੁੰਮਦੀਆਂ ਹੁੰਦੀਆਂ ਨੇ ਉਹਦੇ ਆਲੇ ਦੁਆਲੇ। ਦੈਨ ਉਹ ਸਾਰੇ ਕੀ ਆ ਖੁਸ਼ੀ ਦੇ ਵਿੱਚ ਕੀ ਕਰਦੇ ਹੁੰਦੇ, ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਅਤੇ ਖੁਸ਼ੀ ਦੇ ਨਾਲ ਹੀ ਉਹ ਖੇਡਦੇ ਰਹਿੰਦੇ ਆ। ਵਨ ਸ਼ੀ ਸੋ ਦ ਬੋਏ ਟਰਨ ਦ ਹੋਜ਼ ਔਨ ਹਿਮ ਐਂਡ ਹੀ ਟਰਾਈ ਟੂ ਕੈਚ ਦੈਮ ਲਾਫਿੰਗ ਔਲ ਦ ਟਾਈਮ। ਹੁਣ ਇੱਕ ਵਾਰ ਕੇਜ਼ੀਆ ਨੇ ਦੇਖਿਆ ਕਿ ਜਿਹੜੇ ਮੈਕਡੋਨਲਡ ਦੇ ਜਿਹੜੇ 2 ਬੇਟੇ ਸੀਗੇ ਉਹਨਾਂ ਨੇ ਕੀ ਕੀਤਾ, ਹੋਜ਼ ਕੀ ਹੁੰਦਾ ਜਿਹੜੀ ਪਾਣੀ ਵਾਲੀ ਪਾਈਪ ਹੁੰਦੀ ਆ, ਉਹ ਲੈ ਕੇ ਆਪਣੇ ਫਾਦਰ ਨੂੰ ਭਗਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਹਦੇ ਵੱਲ ਮਤਲਬ ਪਾਣੀ ਪਾਇਆ ਉਹਨਾਂ ਨੇ ਮੈਕਡੋਨਲਡਸ ਦੇ ਬੱਚਿਆਂ ਨੇ। ਹੁਣ ਜਦੋਂ ਉਹਨਾਂ ਨੇ ਪਾਣੀ ਪਾਇਆ, ਮੈਕਡੋਨਲਡਸ ਉਹਨਾਂ ਦੇ ਉੱਤੇ ਨਾਰਾਜ਼ ਨਹੀਂ ਹੋਇਆ, ਸਗੋਂ ਕਿ ਉਹ ਹੱਸਦਾ ਉਸਦਾ ਮਜ਼ਾਕ ਦੇ ਵਿੱਚ ਖੇਡਦਾ ਖੇਡਦਾ ਉਹਨਾਂ ਨੂੰ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦਾ ਆ। ਮਤਲਬ ਉਹ ਮੈਕਡੋਨਲਡਸ ਆਪਣੇ ਬੱਚਿਆਂ ਦੇ ਨਾਲ ਬਹੁਤ ਖੁਸ਼ ਆ, ਉਹਨਾਂ ਦੇ ਨਾਲ ਖੇਡਦਾ ਵੀ ਆ, ਅਤੇ ਕੇਜ਼ੀਆ ਦਾ ਫਾਦਰ ਉਹਦੇ ਨਾਲ ਖੇਡਦਾ ਵੀ ਨਹੀਂ ਆ, ਔਰ ਉਹਨੂੰ ਡਾਂਟਦਾ ਵੀ, ਈਵਨ ਉਹਨੂੰ ਮਾਰਿਆ ਵੀ ਕੇਜ਼ੀਆ ਨੂੰ ਉਹਨੇ ਰੂਲਰ ਦੇ ਨਾਲ। ਸੋ ਇਹ ਜਿਹੜੀ ਆ ਜਿਹੜਾ ਇੰਪੈਕਟ ਹੈ ਕੇਜ਼ੀਆ ਦੇ ਮਨ ਦੇ ਵਿੱਚ ਹੁਣ ਪੈ ਗਿਆ ਆ ਕਿ ਉਹਦਾ ਜਿਹੜਾ ਫਾਦਰ ਹੈ ਉਹਨੂੰ ਪਿਆਰ ਨਹੀਂ ਕਰਦਾ, ਅਤੇ ਮੈਕਡੋਨਲਡ ਜਿਹੜਾ ਆ ਉਹ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ, ਉਹਨਾਂ ਦੇ ਨਾਲ ਖੇਡਦਾ ਵੀ ਆ। ਦੈਨ ਇਟ ਵਾਜ਼ ਸ਼ੀ ਡਿਸਾਈਡਿਡ ਦੇਅਰ ਵਰ ਡਿਫਰੈਂਟ ਸੋਰਟਸ ਆਫ ਫਾਦਰਸ। ਹੁਣ ਜਦੋਂ ਉਹਨੂੰ ਮਾਰ ਪਈ ਸੀ ਆਪਣੇ ਫਾਦਰ ਤੋਂ, ਆਪਣੀ ਦਾਦੀ ਨੂੰ ਉਹਨੇ ਕੀ ਕਿਹਾ ਸੀ ਕੇਜ਼ੀਆ ਨੇ ਕਿ ਜਿਹੜਾ ਗੋਡ ਆ ਉਹਨੇ ਫਾਦਰ ਕਿਉਂ ਬਣਾਏ ਆ। ਉਹਨੂੰ ਲੱਗਦਾ ਸੀ ਕਿ ਸਾਰੇ ਫਾਦਰਸ ਇੱਕੋ ਜਿਹੇ ਹੁੰਦੇ ਆ, ਬਟ ਜਦੋਂ ਉਹਨੇ ਮੈਕਡੋਨਲਡਸ ਨੂੰ ਦੇਖਿਆ ਆਪਣੇ ਬੱਚਿਆਂ ਦੇ ਨਾਲ ਖੇਡਦੇ ਹੋਏ, ਫਿਰ ਉਹਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਦੁਨੀਆ ਦੇ ਵਿੱਚ ਅਲੱਗ ਅਲੱਗ ਟਾਈਪ ਦੇ ਫਾਦਰ ਹੁੰਦੇ ਆ। ਸਾਰੇ ਫਾਦਰ ਉਹਦੇ ਫਾਦਰ ਦੀ ਤਰ੍ਹਾਂ ਸਟ੍ਰਿਕਟ ਨਹੀਂ ਹੁੰਦੇ, ਰੂਡ ਨਹੀਂ ਹੁੰਦੇ, ਜਿਹੜੇ ਕਿ ਉਹਦੇ ਨਾਲ ਖੇਡਦੇ ਵੀ ਨਹੀਂ ਆ ਔਰ ਕਿਸੇ ਗਲਤੀ ਕਰਕੇ ਮਾਰਦੇ ਵੀ ਆ। ਸਡਨਲੀ ਵਨ ਡੇ ਮਦਰ ਬਿਕੇਮ ਇਲ ਐਂਡ ਸ਼ੀ ਐਂਡ ਗ੍ਰੈਂਡ ਮਦਰ ਵੈਂਟ ਟੂ ਹੋਸਪਿਟਲ। ਹੁਣ ਇੱਕ ਦਿਨ ਕੀ ਹੁੰਦਾ ਆ, ਕੇਜ਼ੀਆ ਦੀ ਮਦਰ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਆ ਅਤੇ ਉਹਨੂੰ ਹੋਸਪਿਟਲ ਲੈ ਕੇ ਜਾਣਾ ਪੈਂਦਾ ਆ, ਅਤੇ ਕੇਜ਼ੀਆ ਦੀ ਦਾਦੀ ਮਾਂ ਨੂੰ ਵੀ ਉਹਦੀ ਮਦਰ ਦੇ ਨਾਲ ਹੋਸਪਿਟਲ ਜਾਣਾ ਪੈਂਦਾ ਆ। ਦ ਲਿਟਲ ਗਰਲ ਵਾਜ਼ ਲੈਫਟ ਅਲੋਨ ਇਨ ਦਾ ਹਾਊਸ ਵਿਦ ਐਲਿਸ ਦਾ ਕੁੱਕ। ਹੁਣ ਜਿਹੜੀ ਕੇਜ਼ੀਆ ਸੀ ਉਹਨੂੰ ਹੋਸਪਿਟਲ ਨਹੀਂ ਲੈ ਕੇ ਗਏ, ਉਹਨੂੰ ਜਿਹੜੀ ਕੁੱਕ ਸੀ ਖਾਣਾ ਜਿਹੜੀ ਪਕਾਉਂਦੀ ਸੀ ਉਹਨਾਂ ਦੇ ਘਰ ਕੇਜ਼ੀਆ ਦੇ, ਐਲਿਸ ਉਹਦਾ ਨਾਮ ਸੀ, ਉਹਦੇ ਕੋਲ ਛੱਡ ਕੇ ਗਏ। ਦੈਟ ਵਾਜ਼ ਆਲ ਰਾਈਟ ਇਨ ਦ ਡੇ ਟਾਈਮ। ਹੁਣ ਦਿਨ ਦੇ ਟਾਈਮ ਤਾਂ ਬਿਲਕੁਲ ਠੀਕ ਸੀ, ਕੇਜ਼ੀਆ ਕੋਈ ਨਾ ਕੋਈ ਖੇਡਦੀ ਰਹੀ ਜਾਂ ਕੋਈ ਕੰਮ ਕਰਦੀ ਰਹੀ ਐਲਿਸ ਦੇ ਨਾਲ, ਉਹਨੇ ਰਹਿ ਲਿਆ। ਬਟ ਵਾਈਲ ਐਲਿਸ ਵਾਜ਼ ਪੁਟਿੰਗ ਹਰ ਟੂ ਬੈੱਡ ਸ਼ੀ ਗ੍ਰਿਊ ਸਡਨਲੀ ਅਫਰੇਡ। ਜਦੋਂ ਰਾਤ ਹੋਈ ਤਾਂ ਐਲਿਸ ਜਿਹੜੀ ਆ ਕੁੱਕ ਹੈ
ਉਹ ਕੇਜ਼ੀਆ ਨੂੰ ਜਦੋਂ ਸਲਾਉਣ ਗਈ ਤਾਂ ਕੇਜ਼ੀਆ ਕੀ ਆ ਡਰ ਗਈ ਅਚਾਨਕ। ਵਟ ਆਈ ਵਿਲ ਡੂ ਇਫ ਆਈ ਹੈਵ ਅ ਨਾਈਟਮੇਅਰ। ਹੁਣ ਕੇਜ਼ੀਆ ਐਲਿਸ ਨੂੰ ਪੁੱਛਦੀ ਆ ਕਿ ਮੈਂ ਕੀ ਕਰੂੰਗੀ। ਨਾਈਟਮੇਅਰ ਕੀ ਹੁੰਦਾ? ਅ ਬੈਡ ਡ੍ਰੀਮ, ਬੁਰਾ ਕੋਈ ਸੁਪਨਾ ਦੇਖਣਾ। ਉਹ ਕਹਿੰਦੀ ਕਿ ਜੇ ਮੈਨੂੰ ਕੋਈ ਬੁਰਾ ਸੁਪਨਾ ਆ ਗਿਆ, ਕੇਜ਼ੀਆ ਐਲਿਸ ਨੂੰ ਕਹਿ ਰਹੀ ਹੈ, ਤਾਂ ਫਿਰ ਮੈਂ ਕੀ ਕਰਾਂਗੀ। ਸ਼ੀ ਆਸਕਡ, ਆਈ ਆਫਟਨ ਹੈਵ ਨਾਈਟਮੇਅਰਸ ਐਂਡ ਦੈਨ ਗ੍ਰੈਨੀ ਟੇਕਸ ਮੀ ਇਨ ਟੂ ਹਰ ਬੈਡ। ਉਹ ਕਹਿੰਦੀ ਕਿ ਮੈਂ, ਕੇਜ਼ੀਆ ਕਹਿ ਰਹੀ ਹੈ ਐਲਿਸ ਨੂੰ ਕਿ ਮੈਨੂੰ ਜਿਹੜੇ ਨਾਈਟਮੇਅਰ ਆ, ਬੈਡ ਡ੍ਰੀਮਸ ਆਉਂਦੇ ਰਹਿੰਦੇ ਆ, ਅਤੇ ਜਿਹੜੀ ਦਾਦੀ ਮਾਂ ਆ ਉਹ ਫਿਰ ਮੈਨੂੰ, ਜਦੋਂ ਮੈਂ ਡਰ ਜਾਂਦੀ ਹਾਂ ਨਾਈਟਮੇਅਰਸ ਤੋਂ, ਫਿਰ ਮੈਨੂੰ ਦਾਦੀ ਮਾਂ ਆਪਣੇ ਕੀ ਆ ਰੂਮ ਦੇ ਵਿੱਚ ਲੈ ਕੇ ਜਾਂਦੀ ਆ, ਦੈਨ ਉਹੀ ਮੇਰੇ ਨਾਲ ਸੌਂਦੀ ਆ। ਆਈ ਕਾਂਟ ਸਟੇ ਇਨ ਦਾ ਡਾਰਕ, ਇਟ ਆਲ ਗੈਟਸ ਵਿਸਪਰੀ। ਹੁਣ ਕੇਜ਼ੀਆ ਕਹਿ ਰਹੀ ਐਲਿਸ ਨੂੰ ਕਿ ਮੈਂ ਡਾਰਕ ਦੇ ਵਿੱਚ, ਮਤਲਬ ਮੈਂ ਹਨੇਰੇ ਦੇ ਵਿੱਚ ਇਕੱਲੀ ਨਹੀਂ ਸੌ ਸਕਦੀ, ਕਿਉਂਕਿ ਮੈਨੂੰ ਕੀ ਆ ਵਿਸਪਰਿੰਗ, ਵਿਸਪਰਿੰਗ ਦੀਆਂ ਆਵਾਜ਼ਾਂ ਕੀ ਹੁੰਦੀਆਂ, ਹੌਲੀ ਹੌਲੀ ਜਿਹੜੀਆਂ ਆਵਾਜ਼ਾਂ ਆਉਂਦੀਆਂ ਆ। ਅਤੇ ਉਹ ਕਹਿੰਦੀ ਕਿ ਮੈਨੂੰ ਹਨੇਰੇ ਦੇ ਵਿੱਚ ਇੱਦਾਂ ਫੀਲ ਹੁੰਦਾ ਕਿ ਮੇਰੇ ਆਲੇ ਦੁਆਲੇ ਕੋਈ ਡਰਾਵਣੀਆਂ ਆਵਾਜ਼ਾਂ ਆ ਰਹੀਆਂ ਆ, ਅਤੇ ਉਹ ਕੀ ਆ ਡਰਦੀ ਆ ਇਕੱਲੇ ਸੌਣ ਤੋਂ। ਯੂ ਜਸਟ ਗੋ ਟੂ ਸਲੀਪ ਚਾਈਲਡ, ਸੈਡ ਐਲਿਸ ਪੁਲਿੰਗ ਔਫ ਹਰ ਸੌਕਸ, ਐਂਡ ਡੋਂਟ ਯੂ ਸਕਰੀਮ ਐਂਡ ਵੇਕ ਯੂਅਰ ਪੂਅਰ ਪਾ। ਹੁਣ ਐਲਿਸ ਕਹਿੰਦੀ ਆ ਕਿ ਤੂੰ ਚੁੱਪ ਕਰਕੇ ਸੋ ਜਾ, ਅਤੇ ਉਹਦੀਆਂ ਸੌਕਸ ਨੂੰ ਉਤਾਰ ਦਿੰਦੀ ਆ ਐਲਿਸ ਕੇਜ਼ੀਆ ਦੀ, ਅਤੇ ਉਹਨੂੰ ਸੁਲਾਉਣ ਦੀ ਕੋਸ਼ਿਸ਼ ਕਰਦੀ ਆ। ਅਤੇ ਐਲਿਸ ਕਹਿੰਦੀ ਆ ਕਿ ਤੂੰ ਹੁਣ ਕੀ ਆ ਚਿੱਲਾਈ ਨਾ, ਮਤਲਬ ਡਰ ਦੇ ਨਾਲ ਕੁਛ ਚੀਕ ਨਾ ਮਾਰਦੀ, ਅਤੇ ਆਪਣੇ ਫਾਦਰ ਨੂੰ ਜਿਹੜਾ ਕਿ ਨੈਕਸਟ ਰੂਮ ਦੇ ਵਿੱਚ ਸੁੱਤਾ ਹੋਇਆ ਆ, ਅਤੇ ਉਹਨੂੰ ਜਗਾ ਨਾ ਦੇਈਂ। ਬਟ ਦ ਸੇਮ ਓਲਡ ਨਾਈਟਮੇਅਰ ਕੇਮ, ਦ ਬੁਚਰ ਵਿਦ ਅ ਨਾਈਫ ਐਂਡ ਅ ਰੋਪ। ਬਟ ਕੀ ਹੋਇਆ ਉਸ ਰਾਤ, ਕੇਜ਼ੀਆ ਨੂੰ ਜਿਹੜਾ ਨਾਈਟਮੇਅਰ ਬੈਡ ਡ੍ਰੀਮ ਆਇਆ, ਅਤੇ ਹਮੇਸ਼ਾ ਉਹ ਕੀ ਦੇਖਦੀ ਹੁੰਦੀ ਸੀਗੀ ਆਪਣੇ ਸੁਪਨੇ ਦੇ ਵਿੱਚ, ਇੱਕ ਬੁਚਰ। ਬੁਚਰ ਕੌਣ ਹੁੰਦਾ ਆ? ਜਿਹੜਾ ਕਿ ਮੀਟ ਨੂੰ ਕੱਟ ਕਰਦਾ ਆ, ਔਰ ਬੁਚਰਸ ਦੇ ਜਿਹੜੇ ਨਾਈਫ ਹੁੰਦੇ ਆ ਉਹ ਬਹੁਤ ਜ਼ਿਆਦਾ ਤਿੱਖੇ ਅਤੇ ਲੰਬੇ ਹੁੰਦੇ ਆ, ਬੜੇ ਹੀ ਡਰਾਵਣੇ ਹੁੰਦੇ ਆ। ਸੋ ਉਹ ਦੇਖ ਰਹੀ ਆ ਸੁਪਨੇ ਦੇ ਵਿੱਚ ਕੇਜ਼ੀਆ ਕਿ ਇੱਕ ਬੁਚਰ ਜਿਹਦੇ ਹੱਥ ਦੇ ਵਿੱਚ ਬੁਚਰ ਨਾਈਫ ਹੁੰਦਾ ਆ, ਔਰ ਇੱਕ ਰੋਪ ਹੁੰਦੀ ਆ, ਹੂ ਕੇਮ ਨਿਊਰਰ ਐਂਡ ਨਿਊਰਰ, ਜਿਹੜਾ ਕਿ ਉਹਦੇ ਕੋਲ ਅਤੇ ਕੋਲ ਹੀ ਆਈ ਜਾ ਰਿਹਾ ਆ, ਸਮਾਈਲਿੰਗ ਦੈਟ ਡ੍ਰੈਡਫੁੱਲ ਸਮਾਈਲ। ਅਤੇ ਉਹਦੀ ਜਿਹੜੀ ਸਮਾਈਲ ਹੁੰਦੀ ਆ ਬੁਚਰ ਦੀ, ਉਹ ਬੜੀ ਹੀ ਡਰਾਵਣੀ ਹੁੰਦੀ ਆ। ਵਾਈਲ ਸ਼ੀ ਕੁੱਡ ਨੋਟ ਮੂਵ, ਕੁੱਡ ਓਨਲੀ ਸਟੈਂਡ ਸਟਿਲ ਕਰਾਇੰਗ ਆਊਟ, ਗ੍ਰੈਂਡ ਮਾਂ, ਗ੍ਰੈਂਡ ਮਾਂ। ਸ਼ੀ ਵੋਕ ਸ਼ਿਵਰਿੰਗ ਟੂ ਸੀ ਫਾਦਰ ਬਿਸਾਈਡ ਹਰ ਬੈਡ, ਅ ਕੈਂਡਲ ਇਨ ਹਿਸ ਹੈਂਡ। ਹੁਣ ਉਹ ਕੀ ਆ ਡਰ ਜਾਂਦੀ ਆ ਕੇਜ਼ੀਆ, ਅਤੇ ਉਹ ਕੀ ਕਰਦੀ, ਚੀਕ ਦਿੰਦੀ ਆ ਉੱਚੀ ਦਾਣੀ, ਆਪਣੀ ਗ੍ਰੈਂਡ ਮਾਂ ਨੂੰ, ਆਪਣੀ ਦਾਦੀ ਮਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੰਦੀ, ਜਿੱਦਾਂ ਕਿ ਉਹ ਹਰ ਵਾਰ ਇੱਕ ਨਾਈਟਮੇਅਰ ਨੂੰ ਦੇਖ ਕੇ ਡਰ ਕੇ ਕਰਦੀ ਸੀਗੀ। ਅਤੇ ਉਹ ਕੀ ਆ ਹੁਣ ਡਰ ਜਾਂਦੀ ਆ, ਡਰ ਕੇ ਨੀਂਦ ਤੋਂ ਜਾਗ ਜਾਂਦੀ ਆ, ਅਤੇ ਫਿਰ ਉਹ ਕੀ ਦੇਖਦੀ, ਉਹਦਾ ਫਾਦਰ ਜਿਹੜਾ ਆ ਉਹਦੇ ਰੂਮ ਦੇ ਵਿੱਚ ਆ ਚੁੱਕਾ ਹੁੰਦਾ, ਉਹਦੇ ਕੋਲ ਖੜਾ ਹੁੰਦਾ ਆ, ਅਤੇ ਉਹਦੇ ਫਾਦਰ ਦੇ ਹੱਥ ਦੇ ਵਿੱਚ ਇੱਕ ਕੈਂਡਲ ਹੁੰਦੀ ਆ। ਵਟ ਇਜ਼ ਦਾ ਮੈਟਰ, ਹੀ ਸੈਡ। ਹੁਣ ਉਹ ਕੇਜ਼ੀਆ ਨੂੰ ਉਹਦਾ ਫਾਦਰ ਪੁੱਛਦਾ ਆ ਕਿ ਕੀ ਹੋਇਆ, ਉਹ ਸੁਣ ਕੇ ਉਹਦੀ ਆਵਾਜ਼ ਉਹਦੇ ਰੂਮ ਦੇ ਵਿੱਚ ਆ ਜਾਂਦਾ ਆ। ਓ ਅ ਬੁਚਰ, ਆ ਨਾਈਫ, ਆਈ ਵਾਂਟ ਗ੍ਰੈਨੀ। ਹੁਣ ਉਹ ਡਰੀ ਹੋਈ ਹੈ ਕੇਜ਼ੀਆ, ਉਹ ਕਹਿੰਦੀ ਕਿ ਇੱਕ ਬੁਚਰ ਮੈਂ ਦੇਖਿਆ, ਜਿੱਦਾਂ ਕਿ ਉਹ ਬੜਬੜਾਉਣ ਲੱਗ ਜਾਂਦੀ ਆ ਕਿ ਸੁਪਨੇ ਦੇ ਵਿੱਚ ਉਹਨੇ ਜੋ ਵੀ ਦੇਖਿਆ, ਅਤੇ ਉਹ ਡਰ ਕੇ ਜਦੋਂ ਉੱਠ ਜਾਂਦੀ, ਉਹ ਕਹਿੰਦੀ ਇੱਕ ਬੁਚਰ, ਇੱਕ ਨਾਈਫ। ਉਹ ਕਹਿੰਦੀ ਕਿ ਮੈਨੂੰ ਗ੍ਰੈਨੀ, ਦਾਦੀ ਮਾਂ ਚਾਹੀਦੀ ਆ। ਹੀ ਬਲਿਊ ਆਊਟ ਦਾ ਕੈਂਡਲ, ਬੈਂਡ ਡਾਊਨ ਐਂਡ ਕੋਡ ਅਪ ਦਾ ਚਾਈਲਡ ਇਨ ਹਿਸ ਆਰਮਸ। ਹੁਣ ਉਹਦਾ ਫਾਦਰ ਜਿਹੜਾ ਆ ਕੈਂਡਲ ਨੂੰ ਬੁਝਾ ਦਿੰਦਾ ਆ, ਅਤੇ ਨੀਚੇ ਨੂੰ ਝੁੱਕ ਕੇ ਕੇਜ਼ੀਆ ਨੂੰ ਆਪਣੇ ਬਾਹਾਂ ਦੇ ਵਿੱਚ ਚੱਕ ਲੈਂਦਾ ਆ। ਕੈਰਿੰਗ ਹਰ ਅਲੋਂਗ ਦ ਪੈਸੇਜ ਟੂ ਦ ਬਿੱਗ ਬੈਡਰੂਮ, ਕੇਜ਼ੀਆ ਦੇ ਰੂਮ 'ਚੋਂ ਚੁੱਕ ਕੇ ਉਹਦਾ ਫਾਦਰ ਉਹਨੂੰ ਇੱਕ ਵੱਡੇ ਬੈਡਰੂਮ ਦੇ ਵਿੱਚ ਲੈ ਜਾਂਦਾ ਆ। ਅ ਨਿਊਜ਼ ਪੇਪਰ ਵਾਜ ਔਨ ਦਾ ਬੈੱਡ, ਬੈੱਡ ਦੇ ਉੱਤੇ ਇੱਕ ਨਿਊਜ਼ ਪੇਪਰ ਪਈ ਹੁੰਦੀ ਆ। ਹੀ ਪੁੱਟ ਅਵੇ ਦ ਪੇਪਰ, ਦੈਨ ਕੇਅਰਫੁਲੀ ਟੱਕਡ ਅਪ ਦਾ ਚਾਈਲਡ, ਅਤੇ ਉਹ ਪੇਪਰ ਨੂੰ, ਨਿਊਜ਼ ਪੇਪਰ ਨੂੰ ਪਿੱਛੇ ਕਰ ਦਿੰਦਾ ਉਹਦਾ ਫਾਦਰ ਬੈੱਡ ਤੋਂ, ਅਤੇ ਬੜੇ ਹੀ ਆਰਾਮ ਦੇ ਨਾਲ ਕੁੜੀ ਨੂੰ, ਕੇਜ਼ੀਆ ਨੂੰ ਬੈੱਡ ਦੇ ਉੱਤੇ ਲਿਟਾ ਦਿੰਦਾ ਆ। ਹੀ ਲੇ ਡਾਊਨ ਬਿਸਾਈਡ ਹਰ, ਅਤੇ ਉਹ ਵੀ ਉਹਦੇ ਨਾਲ ਹੀ ਲੇਟ ਜਾਂਦਾ ਆ ਕੇਜ਼ੀਆ ਦੇ ਨਾਲ, ਹਾਫ ਅਸਲੀਪ, ਸਟਿਲ ਸਟਿਲ ਵਿਦ ਦ ਬੁਚਰ ਸਮਾਈਲ ਆਲ ਅਬਾਊਟ ਹਰ। ਇਟ ਸੀਮਡ ਸ਼ੀ ਕ੍ਰੈਪਟ ਕਲੋਜ਼ ਟੂ ਹਿਮ, ਸਨਗਲਡ ਹਰ ਹੈਡ ਅੰਡਰ ਹਿਸ ਆਰਮ, ਹੈਲਡ ਟਾਈਟਲੀ ਟੂ ਹਿਸ ਸ਼ਰਟ। ਹੁਣ ਕੀ ਆ ਉਹ ਅੱਧੀ ਨੀਂਦ ਦੇ ਵਿੱਚ ਅੱਧੀ ਜਾਗੀ ਹੋਈ ਆ ਕੇਜ਼ੀਆ, ਮਤਲਬ ਪੂਰੀ ਤਰ੍ਹਾਂ ਉੱਠੀ ਵੀ ਨਹੀਂ ਹੋਈ ਆ, ਪੂਰੀ ਤਰ੍ਹਾਂ ਸੁੱਤੀ ਵੀ ਨਹੀਂ ਹੋਈ ਆ।
ਅਤੇ ਉਹ ਕੀ ਕਰਦੀ ਆ, ਇਹ ਉਹਦੇ ਹਜੇ ਵੀ ਮਾਇੰਡ ਦੇ ਵਿੱਚ ਉਹੀ ਬੁੱਚਰ ਦੀ ਸਮਾਈਲ ਹੀ ਆ ਰਹੀ ਆ, ਹਜੇ ਵੀ ਉਹ ਡਰੀ ਹੋਈ ਆ ਬਹੁਤ ਜ਼ਿਆਦਾ ਉਸ ਬੈਡ ਡ੍ਰੀਮ ਨੂੰ ਦੇਖ ਕੇ, ਨਾਈਟਮੇਅਰ ਨੂੰ ਦੇਖ ਕੇ। ਅਤੇ ਉਹ ਕੀ ਕਰਦੀ ਆ, ਆਪਣਾ ਜਿਹੜਾ ਹੈੱਡ ਆ ਸਨਗਲ ਸਨਗਲ ਹੁੰਦਾ ਆ ਦੱਬ ਲੈਣਾ, ਆਪਣੇ ਫਾਦਰ ਦੀ ਆਮ ਦੇ ਵਿੱਚ ਆਪਣੇ ਸਿਰ ਨੂੰ ਦਬਾ ਲੈਂਦੀ ਆ, ਛੁਪਾ ਲੈਂਦੀ ਆ, ਦੈਨ ਉਹਦੀ ਸ਼ਰਟ ਨੂੰ, ਆਪਣੇ ਫਾਦਰ ਦੀ ਸ਼ਰਟ ਨੂੰ ਘੁੱਟ ਕੇ ਉਹ ਫੜ ਲੈਂਦੀ ਆ। ਦੈਨ ਦ ਡਾਰਕ ਡਿਡ ਨੋਟ ਮੈਟਰ, ਸ਼ੀ ਲੇ ਸਟਿਲ। ਹੁਣ ਹਨੇਰੇ ਤੋਂ ਕੇਜ਼ਿਆਂ ਨੂੰ ਡਰ ਨਹੀਂ ਲੱਗ ਰਿਹਾ। ਕਿਉਂ ਨਹੀਂ ਡਰ ਲੱਗ ਰਿਹਾ? ਕਿਉਂਕਿ ਉਹਦਾ ਫਾਦਰ ਉਹਦੇ ਕੋਲ ਆ। ਸ਼ੀ ਲੇ ਸਟਿਲ, ਉਹ ਲੇਟ ਜਾਂਦੀ ਆ ਆਰਾਮ ਦੇ ਨਾਲ, ਉਹ ਡਰ ਨਹੀਂ ਰਹੀ ਹਨੇਰੇ ਤੋਂ। ਹੇਅਰ ਰਬ ਯੂਰ ਫੀਟ ਅਗੇਂਸਟ ਮਾਈ ਲੈਗਸ ਐਂਡ ਗੈਟ ਦੈਮ ਵਾਰਮ, ਸੈਡ ਫਾਦਰ। ਹੁਣ ਉਹਦਾ ਫਾਦਰ ਕਹਿੰਦਾ ਕਿ ਆਪਣੇ ਪੈਰਾਂ ਨੂੰ ਮੇਰੀਆਂ ਲੈਗਸ ਦੇ ਨਾਲ ਰੱਬ ਕਰ, ਤਾਂ ਕਿ ਤੈਨੂੰ ਕੀ ਆ ਗਰਮੈਸ਼ ਆਵੇ, ਕਿਉਂਕਿ ਸਰਦੀ ਦਾ ਮੌਸਮ ਸੀ ਅਤੇ ਲੜਕੀ ਨੂੰ ਠੰਡ ਵੀ ਲੱਗ ਸਕਦੀ ਸੀ। ਅਤੇ ਉਹ ਕਹਿੰਦਾ ਕਿ ਤੂੰ ਆਪਣੇ ਪੈਰਾਂ ਨੂੰ ਮੇਰੇ ਲੈਗਸ ਦੇ ਨਾਲ ਰਗੜ, ਤਾਂ ਕਿ ਤੈਨੂੰ ਗਰਮੀ ਮਿਲ ਸਕੇ। ਟਾਇਰਡ ਆਊਟ ਹੀ ਸਲੈਪਡ ਬਿਫੋਰ ਦਾ ਲਿਟਲ ਗਰਲ, ਅ ਫਨੀ ਫੀਲਿੰਗ ਕੇਮ ਓਵਰ ਹਰ। ਹੁਣ ਉਹਦਾ ਫਾਦਰ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ ਪੂਰਾ ਦਿਨ ਕੰਮ ਕਰਕੇ, ਅਤੇ ਲਿਟਲ ਗਰਲ ਜਿਹੜੀ ਕੇਜ਼ੀਆ ਆ, ਹੁਣ ਉਹਦੇ ਮਨ ਦੇ ਵਿੱਚ ਇੱਕ ਫਨੀ ਜੀ ਫੀਲਿੰਗ ਆਈ ਆ। ਕੀ ਫੀਲਿੰਗ ਆਈ ਆ? ਪੂਅਰ ਫਾਦਰ, ਨੋਟ ਸੋ ਬਿਗ ਆਫਟਰ ਆਲ ਐਂਡ ਵਿਦ ਨੋ ਵਨ ਟੂ ਲੁੱਕ ਆਫਟਰ ਹਿਮ, ਹੀ ਵਾਜ਼ ਹਾਰਡਰ ਦੈਨ ਗ੍ਰੈਂਡ ਮਦਰ, ਬਟ ਇਟ ਵਾਜ਼ ਅ ਨਾਈਸ ਹਾਰਡਨੈਸ। ਹੁਣ ਕੇਜ਼ੀਆ ਨੂੰ ਰਿਅਲਾਈਜ਼ ਹੋਇਆ ਕਿ ਉਹਦਾ ਫਾਦਰ ਜਿਹੜਾ ਆ ਉਹ ਬਹੁਤ ਜ਼ਿਆਦਾ ਕੇਅਰਿੰਗ ਆ, ਕਿ ਉਹਦੀ ਆਵਾਜ਼ ਸੁਣ ਕੇ ਉਹਨੂੰ ਬੜੇ ਹੀ ਪਿਆਰ ਦੇ ਨਾਲ ਲੈ ਕੇ ਆਇਆ ਅਤੇ ਉਹਨੂੰ ਹੁਣ ਸੁਲਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਉਹ ਕਹਿੰਦੀ ਕਿ ਫਾਦਰ ਜਿਹੜਾ ਹੈ, ਪੂਅਰ ਫਾਦਰ ਮਤਲਬ ਵਿਚਾਰਾ ਫਾਦਰ ਕਹਿਣਾ ਚਾਹ ਰਹੀ ਆ, ਉਹ ਕਹਿ ਰਹੀ ਕਿ ਵਿਚਾਰਾ ਫਾਦਰ, ਉਹਦਾ ਧਿਆਨ ਰੱਖਣ ਵਾਲਾ ਕੋਈ ਵੀ ਨਹੀਂ ਹੈਗਾ ਇੱਥੇ। ਗ੍ਰੈਂਡ ਮਦਰ ਨੂੰ ਜਦੋਂ ਹੱਗ ਕਰਦੀ ਸੀ, ਉਹਦੀ ਗ੍ਰੈਂਡ ਮਦਰ ਉਹਨੂੰ ਸੌਫਟ ਫੀਲ ਹੁੰਦੀ ਸੀ, ਬਟ ਕਹਿੰਦੀ ਕਿ ਫਾਦਰ ਜਿਹੜਾ ਆ ਗ੍ਰੈਂਡ ਮਦਰ ਦੇ ਨਾਲੋਂ ਹਾਰਡ ਹੈ, ਬਟ ਜਿਹੜੀ ਇਹ ਹਾਰਡਨੈਸ ਆ ਬਹੁਤ ਚੰਗੀ ਲੱਗ ਰਹੀ ਆ ਮੈਨੂੰ। ਐਂਡ ਐਵਰੀ ਡੇ ਹੀ ਹੈਡ ਟੂ ਵਰਕ ਐਂਡ ਵਾਜ਼ ਟੂ ਟਾਇਰਡ ਟੂ ਬੀ ਆ ਮਿਸਟਰ ਮੈਕਡੋਨਲਡ। ਹੁਣ ਕੇਜ਼ੀਆ ਸੋਚ ਰਹੀ ਆ ਕਿ ਹਰ ਦਿਨ ਮੇਰੇ ਫਾਦਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਆ, ਜਿਹਦੇ ਨਾਲ ਕਿ ਫਾਦਰ ਥੱਕ ਜਾਂਦਾ ਆ, ਇਸ ਕਰਕੇ ਹੀ ਉਹ ਮਿਸਟਰ ਮੈਕਡੋਨਲਡ ਨਹੀਂ ਬਣ ਸਕਦਾ। ਹੁਣ ਅਸੀਂ ਪੜ੍ਹਿਆ ਨਾ ਕਿ ਮਿਸਟਰ ਮੈਕਡੋਨਲਡ ਉਹਦਾ ਨੇਬਰ ਸੀ, ਠੀਕ ਹੈ, ਜਿਹੜਾ ਕਿ ਆਪਣੇ ਬੱਚਿਆਂ ਦੇ ਨਾਲ ਖੇਡਦਾ ਸੀ, ਅਤੇ ਉਹ ਕਹਿੰਦੀ ਕਿ ਮੇਰਾ ਫਾਦਰ ਜਿਹੜਾ ਆ ਉਹ ਕੰਮ ਕਰਕੇ ਇੰਨਾ ਥੱਕ ਜਾਂਦਾ, ਇਸ ਕਰਕੇ ਹੀ ਉਹ ਮੇਰੇ ਨਾਲ ਖੇਡ ਨਹੀਂ ਪਾਉਂਦਾ। ਸ਼ੀ ਹੈਡ ਟੋਨ ਅਪ ਆਲ ਹਿਸ ਬਿਊਟੀਫੁਲ ਰਾਈਟਿੰਗ, ਸ਼ੀ ਸਟਰਡ ਸਡਨਲੀ ਐਂਡ ਸਾਈਡ। ਹੁਣ ਉਹ ਸੋਚ ਰਹੀ ਆ ਕਿ ਮੈਂ ਉਹਦੀ ਇੰਨੀ ਬਿਊਟੀਫੁਲ ਰਾਈਟਿੰਗ, ਜਿਹੜੀ ਉਹਨੇ ਸਪੀਚ ਤਿਆਰ ਕੀਤੀ ਸੀ ਉਹਦੇ ਫਾਦਰ ਨੇ, ਅਤੇ ਉਹਨੇ ਟੁਕੜਿਆਂ ਦੇ ਵਿੱਚ ਕੱਟ ਦਿੱਤੀ ਸੀ ਆਪਣਾ ਸਰਪ੍ਰਾਈਜ਼ ਤਿਆਰ ਕਰਨ ਵਾਸਤੇ। ਉਹ ਕਹਿੰਦੀ ਕਿ ਮੇਰੀ ਹੀ ਗਲਤੀ ਸੀਗੀ ਕਿ ਮੈਂ ਉਹਦੀ ਇੰਨੀ ਬਿਊਟੀਫੁਲ ਜਿਹੜੀ ਸਪੀਚ ਸੀ, ਇੰਨੀ ਮਿਹਨਤ ਦੇ ਨਾਲ ਮੇਰੇ ਫਾਦਰ ਨੇ ਲਿਖੀ ਸੀ, ਅਤੇ ਮੈਂ ਉਹਨੂੰ ਪੀਸਿਸ ਦੇ ਵਿੱਚ ਕੱਟ ਦਿੱਤਾ। ਸੋ ਹੁਣ ਇਹ ਸਾਰੀਆਂ ਪੋਜ਼ਿਟਿਵ ਜਿਹੜੀਆਂ ਥੋਟਸ ਅਸੀਂ ਕਹਿ ਸਕਦੇ ਹਾਂ ਕੇਜ਼ੀਆ ਦੇ ਮਾਇੰਡ ਦੇ ਵਿੱਚ ਆ ਰਹੀਆਂ ਆ ਆਪਣੇ ਫਾਦਰ ਨੂੰ ਲੈ ਕੇ। ਦੈਨ ਉਹ ਕੀ ਆ, ਆਰਾਮ ਦੇ ਨਾਲ ਲੇਟੀ ਰਹਿੰਦੀ ਆ ਅਤੇ ਇੱਕ ਲੰਬੀ ਸਾਹ ਭਰਦੀ ਆ। ਵਾਟਸ ਦਾ ਮੈਟਰ, ਆਸ ਹਰ ਫਾਦਰ, ਅਨਦਰ ਡ੍ਰੀਮ। ਹੁਣ ਉਹਦਾ ਫਾਦਰ ਪੁੱਛਦਾ ਹੈ ਉਹਨੂੰ ਕਿ ਕੀ ਹੋਇਆ, ਹੁਣ ਹੋਰ ਕੋਈ ਨਾਈਟਮੇਅਰ ਦੇਖ ਲਿਆ, ਕਿਉਂਕਿ ਉਹ ਹਜੇ ਸੁੱਤੀ ਨਹੀਂ ਆ, ਕੁਛ ਸੋਚ ਰਹੀ ਆ ਕੇਜ਼ੀਆ। ਓਹ, ਸੈਡ ਦ ਗਰਲ, ਮਾਈ ਹੈਡਸ ਔਨ ਯੋਰ ਹਾਰਟ। ਹੁਣ ਲੜਕੀ ਕਹਿੰਦੀ ਆ ਓਹ, ਇੱਕ ਆਹ ਭਰ ਕੇ ਕਹਿੰਦੀ ਕਿ ਮੇਰਾ ਜਿਹੜਾ ਸਿਰ ਆ ਉਹ ਤੁਹਾਡੇ ਹਾਰਟ ਦੇ ਉੱਤੇ, ਆਪਣੇ ਫਾਦਰ ਨੂੰ ਕਹਿ ਰਹੀ ਆ। ਆਈ ਕੈਨ ਹੇਅਰ ਇਟ ਗੋਇੰਗ, ਕਹਿੰਦੀ ਕਿ ਮੈਂ ਤੁਹਾਡੇ ਦਿਲ ਨੂੰ ਕੀ ਆ ਧੜਕਦਾ ਹੋਇਆ ਸੁਣ ਸਕਦੀ ਹਾਂ। ਵਟ ਅ ਬਿਗ ਹਾਰਟ ਯੂ ਹੈਵ ਗੋਟ ਫਾਦਰ ਡੀਅਰ। ਉਹ ਕਹਿੰਦੀ ਕਿ ਫਾਦਰ, ਤੁਹਾਡਾ ਜਿਹੜਾ ਦਿਲ ਆ ਉਹ ਕਿੰਨਾ ਵੱਡਾ ਆ। ਮਤਲਬ ਕਿ ਹੁਣ ਕੇਜ਼ੀਆ ਨੂੰ ਰਿਅਲਾਈਜ਼ ਹੋ ਚੁੱਕਾ ਆ ਕਿ ਉਹਦਾ ਫਾਦਰ ਬੁਰਾ ਨਹੀਂ ਆ, ਉਹਨੇ ਗਲਤੀ ਕੀਤੀ ਸੀ, ਇਸ ਕਰਕੇ ਉਹਦੇ ਫਾਦਰ ਨੇ ਗੁੱਸੇ ਦੇ ਵਿੱਚ ਆ ਕੇ ਉਹਨੂੰ ਡਾਂਟ ਦਿੱਤਾ ਸੀ ਜਾਂ ਮਾਰ ਦਿੱਤਾ ਸੀ। ਅਦਰਵਾਈਜ਼ ਉਹਦਾ ਫਾਦਰ ਵੀ ਬਹੁਤ ਹੀ ਨਾਈਸ ਫਾਦਰ ਆ, ਅਤੇ ਹੁਣ ਉਹਨੂੰ ਇਸ ਚੀਜ਼ ਦੀ ਰਿਅਲਾਈਜ਼ੇਸ਼ਨ ਹੋ ਚੁੱਕੀ ਆ, ਜਦੋਂ ਉਹਦੇ ਫਾਦਰ ਨੇ ਉਹਨੂੰ ਪਿਆਰ ਦੇ ਨਾਲ ਸੁਲਾਉਣ ਦੀ ਕੋਸ਼ਿਸ਼ ਕੀਤੀ ਆ, ਆਪਣੇ ਸੀਨੇ ਦੇ ਨਾਲ ਉਹਨੂੰ ਲਾਇਆ ਆਪਣੀ ਬੇਟੀ ਨੂੰ, ਅਤੇ ਉਹਦੇ ਜਿੰਨੇ ਵੀ ਗਿਲੇ ਸ਼ਿਕਵੇ ਸੀ ਕੇਜ਼ੀਆ ਦੇ ਉਹ ਸਾਰੇ ਦੂਰ ਹੋ ਚੁੱਕੇ ਆ। ਸੋ ਵਿਦ ਦਿਸ ਵੀ ਕਮ ਟੂ ਐਨ ਐਂਡ ਆਫ ਆਰ ਚੈਪਟਰ। ਜਸਟ ਰੀਡ ਦ ਚੈਪਟਰ ਫਰੋਮ ਯੂਰ ਬੁੱਕ ਆਲਸੋ। ਨੈਕਸਟ ਵੀਕ ਵੀ ਵਿਲ ਡਿਸਕਸ ਸਮ ਅਨਦਰ ਚੈਪਟਰ। ਟਿਲ ਦੈਨ ਕੀਪ ਲਰਨਿੰਗ। ਥੈਂਕ ਯੂ।